ਬੋਲੇ ਸੋਨਿਆਲ ਸਤਿ ਸ਼੍ਰੀ ਅਕਾਲ ਬੋਲੇ ਸੋਨਿਆਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਵਰਲਡ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਅਮਰਦੀਪ ਕੌਰ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਸਿੱਖ ਵਰਲਡ ਦੀਆਂ ਸੁਰਖੀਆਂ ਦੇ ਚੁਰਾਸੀ ਦੇ ਕਤਲੇਆਮ ਦੀਆਂ ਵਿਧਵਾਵਾਂ ਦੀ ਆਵਾਜ਼ ਤੇ ਬਣੀ ਫਿਲਮ ਦਾ ਵਿਡੋ ਕੋਲੋਨੀ ਫਿਰ ਚਰਚਾ 30 ਸਤੰਬਰ ਨੂੰ ਅਮਰੀਕੀ ਕਾਂਗਰਸ ਨੂੰ ਦਿਖਾਈ ਜਾਏਗੀ ਨਾਮਵਰ ਅਮਰੀਕੀ ਸਿੱਖ ਨੇਤਾ ਸਰਦਾਰ ਗੰਗਾ ਸਿੰਘ ਢਿੱਲੋਂ ਨਹੀਂ ਰਹੇ 86 ਸਾਲ ਦੀ ਉਮਰ 'ਚ ਵਰਜੀਨੀਆ 'ਚ ਹੋਇਆ ਦੇਹਾਂਤ ਸ਼੍ਰੀ ਨਨਕਾਨਾ ਸਾਹਿਬ ਫਾਊਂਡੇਸ਼ਨ ਦੇ ਬਾਨੀ ਮੁਖੀ ਰਹੇ ਸਿੱਖ ਸਿਆਸ ਲੋਹ ਪੁਰਸ਼ ਕਰਕੇ ਜਾਣੇ ਜਾਂਦੇ ਜਥੇਦਾਰ ਤਲਵੰਡੀ ਦੀ ਅੰਤਿਮ ਅਰਦਾਸ 28 ਨੂੰ ਲੱਗਣਗੀਆਂ 2 ਵੱਖ ਵੱਖ ਸਟੇਜਾਂ ਅੱਜ ਉਪ ਮੁੱਖ ਮੰਤਰੀ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਜੰਮੂ ਕਸ਼ਮੀਰ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸੰਗਤਾਂ ਵੱਲੋਂ ਲਗਾਤਾਰ ਭੇਜੀ ਜਾ ਰਹੀ ਹੈ ਰਾਹਤ ਸਮੱਗਰੀ ਸ਼੍ਰੀ ਮੁਕਤਸਰ ਸਾਹਿਬ ਤੋਂ ਭੇਜਿਆ ਗਿਆ ਰਾਸ਼ਨ ਤੇ ਗਰਮ ਕੱਪੜੇ ਹੁਣ ਖਬਰਾਂ ਵਿਸਥਾਰ ਨਾਲ ਕਈ ਸਾਲ ਪਹਿਲਾਂ ਬਣੀ ਡਾਕੂਮੈਂਟਰੀ ਫਿਲਮ ਦਾ ਵਿਡੋ ਕਲੋਨੀ ਇੱਕ ਵਾਰ ਫਿਰ ਚਰਚਾ 'ਚ ਆ ਗਈ ਹੈ ਕਿਉਂਕਿ ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਈਟ ਹਾਊਸ ਵਿੱਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਸਿਖਰ ਸੰਮੇਲਨ ਕਰ ਰਹੇ ਹੋਣਗੇ ਉਸ ਵਕਤ ਇਸ ਐਵਾਰਡ ਜੇਤੂ ਡਾਕੂਮੈਂਟਰੀ ਫਿਲਮ ਦ ਵਿਡੋ ਕਲੋਨੀ ਦੀ ਵਿਸ਼ੇਸ਼ ਸਕਰੀਨਿੰਗ ਅਮਰੀਕੀ ਕਾਂਗਰਸ ਕਮੇਟੀ ਦੇ ਸਾਹਮਣੇ 30 ਸਤੰਬਰ ਨੂੰ ਕੀਤੀ ਜਾਵੇਗੀ ਜ਼ਿਕਰਯੋਗ ਹੈ ਕਿ ਇਸ ਫਿਲਮ ਵਿੱਚ ਉਹਨਾਂ ਸਿੱਖ ਵਿਧਵਾਵਾਂ ਦੀ ਆਵਾਜ਼ ਹੈ ਜਿਹਨਾਂ ਨੇ ਨਵੰਬਰ 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਆਪਣਿਆਂ ਨੂੰ ਗੁਆ ਲਿਆ ਸੀ ਟੌਮ ਲੈਂਟੋਸ ਮਨੁੱਖੀ ਅਧਿਕਾਰ ਕਮਿਸ਼ਨ ਨੇ ਜਾਰੀ ਇੱਕ ਬਿਆਨ ਵਿੱਚ ਇਹ ਵੀ ਐਲਾਨ ਕੀਤਾ ਕਿ ਅਮਰੀਕੀ ਕਾਂਗਰਸ ਕਮੇਟੀ ਉਸ ਦਿਨ 1984 ਦੇ ਸਿੱਖ ਵਿਰੋਧੀ ਦੰਗਿਆਂ 'ਤੇ ਸੁਣਵਾਈ ਕਰੇਗੀ ਅਤੇ ਇਸ ਫਿਲਮ ਤੋਂ ਬਾਅਦ ਕਮੇਟੀ ਉਕਤ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਭਾਰਤ ਦੀ ਨਾਕਾਮੀ 'ਤੇ ਚਰਚਾ ਕਰੇਗੀ A mob had run down this street, bursting into Sikh houses, spraying them with blazing petrol, and often cutting the long hair from the heads of their Sikh victims. Gruesome evidence in the rubble of their houses. ਇਹਨਾਂ ਨੇ ਸਾਡੇ ਨਾਲ ਬਹੁਤ ਬੁਰਾ ਕੀਤਾ ਸਾਡੇ ਘਰ ਸਾਰੇ ਪਰਿਵਾਰ ਦੇ ਪਰਿਵਾਰ ਖਤਮ ਹੋ ਗਏ ਇਟਸ ਜਸਟ ਨਾਰਮਲ ਜਸਟ ਨਾਰਮਲ ਸਿਚੁਏਸ਼ਨ ਨਾਰਮਲ ਐਬਸੋਲੂਟਲੀ ਐਂਡ ਵੈਰੀ ਫਾਸਟ ਰਿਟਰਨਿੰਗ ਟੂ ਨਾਰਮਲ ਸਾਡੇ ਜਿਹੜੇ ਮੁਲਜ਼ਮ ਹੈਗੇ ਨੇ ਜ਼ਾਲਮ ਹੈਗੇ ਨੇ ਹੱਤਿਆਰੇ ਹੈਗੇ ਨੇ ਉਹਨਾਂ ਨੇ ਸਿੱਖਾਂ ਦੀਆਂ ਲਾਸ਼ਾਂ ਇਸ ਨਾਲੇ ਵਿੱਚ ਢੇਰ ਕਰ ਕਰਕੇ ਸੁੱਟਿਆ ਹੋਇਆ ਜਿਹੜੀਆਂ ਲਾਸ਼ਾਂ ਸੀ ਉਹ ਬਿਲਕੁਲ ਉੱਤੇ ਉੱਤੇ ਤਿਰ ਰਹੀਆਂ ਸੀ ਇੰਨੀਆਂ ਲਾਸ਼ਾਂ ਸੀ ਕਿ ਦੇਖ ਨਹੀਂ ਸਕਦੇ ਬੱਚੇ ਇੱਧਰ 4000 ਪੀਪਲ ਹੈਵ ਬੀਨ ਕਿਲਡ ਦੇ ਵਰ ਦਾ ਸਿਟੀਜ਼ਨਸ ਆਫ ਦਿਸ ਕੰਟਰੀ This country is supposed to be governed by the rule of law. Aur ode bawajood koi ek bande nu kisi nu koi saza nahi koi phansi nahi koi gunah nahi aj eh sade naal to bada khilwad hoya hai aur aj tak khilwad ho reha hai Justice is a mockery in India for the 1984 survivors. The administration has failed the survivors, the judiciary has failed the survivors and so has the government. Why did the society fail? Why did the system fail? Why did the government agencies who should have acted did not act? This should affect every Indian who is concerned about India's future or about 1984. They should find it disquieting that there is this kind of conspiracy of silence and trying to cover up crimes at the highest levels. These murders have taken place. Nobody can deny it. The state has admitted. Now you tell us, you have to tell us how. We put you on trial. ਨਹੀਂ ਅਸੀਂ ਅੱਖਾਂ ਨਾਲ ਦੇਖਿਆ 84 ਸਾਡੇ ਤੇ ਵਾਪਰੀਏ ਦੇਖਿਆ ਅਸੀਂ ਹੈ ਲੋਕਾਂ ਨੂੰ ਕੀ ਪਤਾ ਕੀ ਹੋਇਆ ਸਾਡੇ ਤੇ ਕਿਸੇ ਬੰਦੇ ਨੇ ਨਹੀਂ ਇਹ ਨਹੀਂ ਕਿਹਾ ਵੀ ਸਿੱਖ ਨੂੰ ਅੱਜ 2 ਬੱਚਿਆਂ ਨੂੰ ਬਚਾ ਲਈਏ
ਪੜੋ ਦੇ ਵਿੱਚ ਜਿਹਦਾ ਮੌਕਾ ਲੱਗਿਆ ਮਾਰ ਦੇ ਗਏ, ਲੁੱਟ ਦੇ ਗਏ, ਕਤਲ ਕਰ ਦੇ ਗਏ। ਕਿਹੜੀ ਕਿਹੜੀ ਸਟੋਰੀ ਸਾਡੇ ਕੋਲ 20 ਸਾਲ ਤੋਂ ਪੁੱਛਣ ਗਏ ਸਾਨੂੰ, ਤੇ ਇੱਕ ਇੱਕ ਜਿਹੜੀ ਗੱਲ ਉਹ ਯਾਦ ਹੈ। 20 ਸਾਲ ਦੇ ਸੌਂ ਗਈ ਨਹੀਂ ਗਿਆ ਕਦੀ, ਇੰਨੇ ਰੋਗ ਲੱਗ ਗਏ ਨੇ ਸਾਨੂੰ ਅੰਦਰ। ਜੇ ਸਮਾਂ ਦਾ ਬੱਚਾ ਸਾਹਮਣੇ ਪੈਟਰੋਲ ਪਾ ਕੇ ਸਾੜਿਆ ਜਾਏਗਾ ਕੀ ਉਹ ਬੱਚਾ ਹਾਈ ਵੀ ਨਹੀਂ ਕਰੇਗਾ। ਅਸੀਂ ਬਹੁਤ ਦੁਖੀ ਹਾਂ, ਹੁੰਦੀ ਤਾਂ ਦੁਨੀਆ ਨਾਲ ਹੈ ਪਰ ਸਾਡੀ ਇੱਕ ਕਹਾਣੀ ਬਣ ਗਈ ਆ, ਸਾਡਾ ਇੱਕ ਇਤਿਹਾਸ ਬਣ ਗਿਆ। 84 ਕਾਂਡ, 84 ਕਾਂਡ ਦਾ ਉਹ ਬਣ ਗਿਆ, ਸਾਨੂੰ ਇਤਿਹਾਸ ਦਿੱਤਾ ਗਿਆ। ਨਾਮਵਰ ਅਮਰੀਕੀ ਸਿੱਖ ਨੇਤਾ ਸਰਦਾਰ ਗੰਗਾ ਸਿੰਘ ਢਿੱਲੋਂ ਨਹੀਂ ਰਹੇ। 86 ਸਾਲਾ ਢਿੱਲੋਂ ਦਾ 24 ਨੂੰ ਵਰਜੀਨੀਆ ਸਥਿਤ ਨਿਵਾਸ ਸਥਾਨ 'ਤੇ ਦੇਹਾਂਤ ਹੋ ਗਿਆ। ਆਪਨੇ ਸਾਰੀ ਉਮਰ ਆਜ਼ਾਦ ਸਿੱਖ ਮੁਲਕ ਦੀ ਵਕਾਲਤ ਕੀਤੀ। ਪਾਕਿਸਤਾਨ ਸਥਿਤ ਗੁਰਧਾਮਾਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ 'ਚ ਸਰਦਾਰ ਢਿੱਲੋਂ ਦਾ ਮੁੱਖ ਰੋਲ ਰਿਹਾ ਹੈ। ਆਪ 1975 'ਚ ਬਣੀ ਸ਼੍ਰੀ ਨਨਕਾਨਾ ਸਾਹਿਬ ਫਾਊਂਡੇਸ਼ਨ ਦੇ ਪਹਿਲੇ ਮੁਖੀ ਬਣੇ ਅਤੇ ਸਾਰੀ ਉਮਰ ਇਹ ਜ਼ਿੰਮੇਵਾਰੀ ਨਿਭਾਈ। 1999 ਵਿੱਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ 'ਚ ਉਹਨਾਂ ਨੇ ਵੱਡੀ ਭੂਮਿਕਾ ਨਿਭਾਈ। ਉਹਨਾਂ ਦੇ ਸਦੀਵੀ ਵਿਛੋੜੇ 'ਤੇ ਸਰਦਾਰ ਕੇਸਰ ਸਿੰਘ ਧਾਲੀਵਾਲ, ਸਰਦਾਰ ਇੰਦਰ ਸਿੰਘ ਜੰਮੂ, ਸਾਬਕਾ ਮੇਅਰ ਸਰਦਾਰ ਕੁਲਵੰਤ ਸਿੰਘ ਸਮੇਤ ਯੂਕੇ ਦੇ ਕਈ ਸਿੱਖ ਨੇਤਾਵਾਂ ਨੇ ਸ਼ਰਧਾਂਜਲੀ ਭੇਂਟ ਕੀਤੀ। ਹਾਲੈਂਡ ਤੋਂ ਸਰਦਾਰ ਭੁਪਿੰਦਰ ਸਿੰਘ, ਸਵਿਟਜ਼ਰਲੈਂਡ ਤੋਂ ਗੁਰਦੀਪ ਸਿੰਘ ਕੁੰਦਨ ਅਤੇ ਜਰਮਨੀ ਤੋਂ ਬਸੰਤ ਸਿੰਘ ਰਾਮੂਵਾਲੀਆ ਨੇ ਵੀ ਇਸ ਮੌਕੇ ਸਰਦਾਰ ਢਿੱਲੋਂ ਦੇ ਜੀਵਨ ਸੰਘਰਸ਼ ਨੂੰ ਚੇਤੇ ਕੀਤਾ।